ਹਾਂਜੀ ਦੋਸਤੋ, ਹੁਣ ਅਸੀਂ ਆ ਗਏ ਹਾਂ ਇੱਥੇ ਸ਼ਾਹੀ ਮਹਿਲ ਕਿਲ੍ਹਾ। ਇਹ ਤਾਪਤੀ ਨਦੀ ਦੇ ਕਿਨਾਰੇ 80 ਫੁੱਟ ਉੱਚੇ ਪਲੇਟਫਾਰਮ 'ਤੇ ਬਣਿਆ ਹੋਇਆ। ਇਹਨੂੰ ਬਣਾਇਆ ਸੀਗਾ ਆਦਿਲ ਖਾਨ ਸੈਕਿੰਡ ਨੇ 1457 ਤੋਂ 1503 ਈਸਵੀ ਦੇ ਵਿੱਚ ਇਸਦਾ ਨਿਰਮਾਣ ਕਰਾਇਆ ਸੀਗਾ। ਜਦੋਂ ਬਣਾਇਆ ਸੀਗਾ ਤਾਂ ਇਹਦੀਆਂ 7 ਮੰਜ਼ਿਲਾਂ ਸੀਗੀਆਂ। ਇਸ ਵੇਲੇ ਸਿਰਫ 3 ਮੰਜ਼ਿਲਾਂ ਹੀ ਇਹਦੀਆਂ ਦਿਖਦੀਆਂ। ਆਪਾਂ ਚੱਲ ਕੇ ਅਤੇ ਦੇਖਦੇ ਹਾਂ, ਟਾਈਮ ਹੁਣ ਥੋੜ੍ਹਾ ਹੀ ਰਹਿ ਗਿਆ ਪਰ ਆਪਾਂ ਦੇਖਦੇ ਹਾਂ। ਹਾਂ ਬਿਲਕੁਲ ਬਿਲਕੁਲ, ਇਹਦੇ ਪਿੱਛੇ ਰਾਜਘਾਟ ਗੁਰਦੁਆਰਾ ਸਾਹਿਬ। ਹਾਂ ਹਾਂ, ਤੁਸੀਂ ਜਾਇਓ ਕੋਈ ਨੀ। ਲਓ ਜੀ, ਕਿਲ੍ਹੇ ਦੇ ਵਿੱਚੋਂ ਹੀ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਆ। ਇਹ ਗੁਰਦੁਆਰਾ ਰਾਜਘਾਟ ਪਾਤਸ਼ਾਹੀ ਪਹਿਲੀ ਜਿਹੜਾ ਅਸੀਂ ਪਹਿਲਾਂ ਦਰਸ਼ਨ ਕਰਕੇ ਆਏ ਹਾਂ। ਕਿਆ ਸੁੰਦਰ ਨਜ਼ਾਰਾ, ਸ਼ਾਹੀ ਕਿਲ੍ਹੇ ਦੇ ਵਿੱਚ ਕਾਫੀ ਕੁਛ ਢਹਿ ਢੇਰੀ ਹੋ ਚੁੱਕਾ ਆ। ਇਸ ਵੇਲੇ ਜੋ ਕੁਛ ਠੀਕ ਅਗਰ ਬਚਿਆ ਤਾਂ ਉਹ ਹੈਗਾ ਇਹ ਸ਼ਾਹੀ ਹਮਾਮ। ਇਹ ਸ਼ਾਹਜਹਾਂ ਦੀ ਬੇਗਮ ਮੁਮਤਾਜ਼ ਮਹਿਲ ਵਾਸਤੇ ਸ਼ਾਹਜਹਾਂ ਨੇ ਬਣਵਾਇਆ ਸੀਗਾ ਇਹ ਸ਼ਾਹੀ ਹਮਾਮ। ਬਹੁਤ ਹੀ ਸੋਹਣਾ ਇਹ ਅੰਦਰ ਤੁਸੀਂ ਦੇਖੋ, ਬੜੀ ਇੰਟਰੀਕੇਟ ਕਾਰਵਿੰਗ ਹੈਗੀਆਂ ਡੋਮ ਦੀਆਂ। ਔਰ ਹਾਲੇ ਵੀ ਇਹ ਇਸ ਕਿਲ੍ਹੇ ਦਾ ਸਭ ਤੋਂ ਸ਼ਾਨਦਾਰ ਬਚਿਆ ਹੋਇਆ ਹਿੱਸਾ ਹੈਗਾ ਇਹ। ਅਤੇ ਇਹਦੇ ਵਿੱਚ ਗਰਮ ਅਤੇ ਠੰਡਾ ਤੋਂ ਪਾਣੀ ਦੇ ਸਰੋਤ ਸੀਗੇ। ਇਹ ਲੈਫਟ ਸਾਈਡ ਤੋਂ ਇੱਥੋਂ ਗਰਮ ਪਾਣੀ ਆਉਂਦਾ ਸੀਗਾ ਅਤੇ ਰਾਈਟ ਸਾਈਡ ਤੋਂ ਠੰਡਾ ਪਾਣੀ ਆਉਂਦਾ ਸੀਗਾ। ਇਹਦੇ ਵਿੱਚ ਖਸ, ਕੇਸਰ ਅਤੇ ਗੁਲਾਬ ਦੀਆਂ ਪੱਤੀਆਂ ਉਹ ਮਿਲਾਈਆਂ ਜਾਂਦੀਆਂ ਸੀਗੀਆਂ। ਸੋ ਇਹ ਹੈਗਾ ਸ਼ਾਹੀ ਹਮਾਮ। ਸ਼ਾਹਜਹਾਂ ਪਹਿਲੇ ਮੁਮਤਾਜ਼ ਮਹਿਲ ਦੀ ਮੌਤ ਤੋਂ ਬਾਅਦ ਇੱਥੇ ਹੀ ਤਾਜ ਮਹਿਲ ਬਣਾਉਣਾ ਚਾਹੁੰਦਾ ਸੀਗਾ ਪਰ ਉਹ ਫਾਈਨਲ ਨਹੀਂ ਹੋ ਸਕਿਆ। ਕੁਛ ਉਹਦੇ ਵਾਸਤੇ ਜਿਹੜਾ ਪੱਥਰ ਲੱਗਣਾ ਸੀਗਾ ਉਹ ਨਹੀਂ ਸੀ ਇੱਥੋਂ ਨੇੜੇ ਮਿਲਦਾ ਅਤੇ ਕੁਛ ਉਹ ਜ਼ਮੀਨ ਜਿਹੜੀ ਸੀਗੀ ਉਹ ਇੱਥੇ ਰੇਤਲੀ ਸੀਗੀ। ਪਰ ਇਹਦੀ ਅੰਦਰ ਦੀ ਜਿਹੜੀ ਕਾਰਵਿੰਗ ਹੈਗੀ ਹੈ ਉਹ ਤੁਹਾਨੂੰ ਤਾਜ ਮਹਿਲ ਦੇ ਵਿੱਚ ਦੇਖਣ ਨੂੰ ਮਿਲੇਗੀ ਜੋ ਇਸ ਹਮਾਮ ਦੇ ਅੰਦਰ ਹੈਗੀ ਆ। ਇਹਦੇ ਨਾਲ ਹੀ ਤਾਪਤੀ ਨਦੀ ਵਗਦੀ ਆ।
ਇਸ ਵੇਲੇ ਵੀ ਬਾਰਿਸ਼ਾਂ ਦਾ ਮੌਸਮ ਹੈ ਅਤੇ ਮੱਧ ਪ੍ਰਦੇਸ਼ 'ਚ ਵੀ ਬਾਰਿਸ਼ ਜਿਹੜੀ ਹੈ ਉਹ ਕਾਫੀ ਅੱਛੀ ਬਾਰਿਸ਼ ਪੈਂਦੀ ਹੈਗੀ ਆ। ਉੱਪਰਲੀਆਂ ਛੱਤਾਂ 'ਤੇ ਦੀਵਾਨੇ ਆਮ ਅਤੇ ਦੀਵਾਨੇ ਖਾਸ ਸੀਗੇ ਜੋ ਹੁਣ ਢਹਿ ਢੇਰੀ ਹੋ ਚੁੱਕੇ ਆ। ਲਓ ਜੀ, ਬਾਕੀ ਬਹੁਤ ਹੀ ਸ਼ਾਨਦਾਰ ਇਹ ਕਿਲ੍ਹਾ ਇਸ ਵੇਲੇ ਸਾਨੂੰ ਖੰਡਰਾਂ ਦੇ ਵਿੱਚ ਵੀ ਬਹੁਤ ਸੋਹਣਾ ਦਿਖ ਰਿਹਾ ਅਤੇ ਸੋਚੋ ਕਿ ਜਦੋਂ ਇਹ ਪੂਰਾ ਬਣਿਆ ਹੋਇਆ ਸੀਗਾ ਤਾਂ ਕਿੰਨਾ ਖੂਬਸੂਰਤ ਹੋਣਾ। ਇਹ ਸਾਹਮਣੇ ਜਿਹੜਾ ਇੱਕ ਮਿਨਾਰਾ ਹੈ ਇਹ ਲੌਂਗ ਦੀ ਸ਼ਕਲ ਦੇ ਵਿੱਚ ਅਕਬਰ ਨੇ ਇੱਥੇ ਮਸਜਿਦ ਬਣਵਾਈ ਸੀ ਜਿਹਦੇ 'ਚ ਉਹ ਪੰਜ ਟਾਈਮ ਨਮਾਜ਼ ਅਦਾ ਕਰਦਾ ਸੀਗਾ। ਅਕਬਰ ਤੋਂ ਬਾਅਦ ਇਹ ਕਿਲ੍ਹਾ ਜਹਾਂਗੀਰ ਕੋਲ ਅਤੇ ਫਿਰ ਉਸ ਤੋਂ ਬਾਅਦ ਸ਼ਾਹਜਹਾਂ ਇੱਥੋਂ ਦਾ ਸੂਬੇਦਾਰ ਥਾਪਿਆ ਸੀਗਾ ਅਤੇ ਫਿਰ ਬਾਅਦ ਵਿੱਚ ਉਹਨੇ ਇੱਥੋਂ ਦਾ ਉਹਨੂੰ ਰਾਜ ਸਿੰਘਾਸਨ ਮਿਲ ਗਿਆ ਸ਼ਾਹਜਹਾਂ ਨੂੰ। ਅਤੇ ਇੱਥੇ ਹੀ ਪਹਿਲਾਂ ਇਸ ਜਗ੍ਹਾ 'ਤੇ ਹੀ ਪਹਿਲਾਂ ਤਾਜ ਮਹਿਲ ਬਣਨਾ ਸੀਗਾ, ਪਰ ਕਿਉਂਕਿ ਪੱਥਰ ਆਉਣਾ ਸੀਗਾ ਰਾਜਸਥਾਨ ਤੋਂ ਤਾਂ ਉਹ ਹਾਥੀਆਂ ਦੁਆਰਾ ਇੰਨੀ ਦੂਰ ਤੋਂ ਲਿਆਉਣਾ ਸੰਭਵ ਨਹੀਂ ਸੀਗਾ। ਦੂਸਰਾ ਕਾਰਨ ਇਹ ਸੀਗਾ ਕਿ ਤਾਪਤੀ ਨਦੀ ਦਾ ਜਿਹੜਾ ਪਾਣੀ ਹੈਗਾ ਇਹ ਮਟਮੈਲਾ ਹੋ ਜਾਂਦਾ ਆ, ਜਿਵੇਂ ਇਸ ਵੇਲੇ ਵੀ ਮਟਮੈਲਾ ਤਾਂ ਇਹਦੇ ਵਿੱਚ ਉਹਦਾ ਰਿਫਲੈਕਸ਼ਨ ਨਹੀਂ ਦਿਖਦਾ ਤਾਜ ਮਹਿਲ ਦਾ। ਇਸ ਕਰਕੇ ਉਹਨੇ ਫਿਰ ਜਮੁਨਾ ਨਦੀ ਦੇ ਕਿਨਾਰੇ ਨੂੰ ਚੁਣਿਆ ਕਿਉਂਕਿ ਜਮੁਨਾ ਦਾ ਜਿਹੜਾ ਪਾਣੀ ਹੈਗਾ ਉਹ ਪਾਰਦਰਸ਼ੀ ਹੈ, ਟ੍ਰਾਂਸਪੇਰੈਂਟ ਹੈ ਅਤੇ ਉਹਦੇ ਨੇੜੇ ਜਿਹੜਾ ਰਾਜਸਥਾਨ ਵੀ ਨਜ਼ਦੀਕ ਪੈਂਦਾ ਆ ਪੱਥਰ ਜਦੋਂ ਤੋਂ ਆਉਣਾ ਸੀਗਾ, ਇਸ ਕਰਕੇ ਉੱਥੇ ਬਣਾਇਆ ਗਿਆ। ਔਰ ਇਹ ਸਾਹਮਣੇ ਇਸ ਵੇਲੇ 4 ਮੰਜ਼ਿਲਾਂ ਇਹਦੀਆਂ ਰਹਿ ਗਈਆਂ, ਆਹ ਥੱਲੇ 1 ਮੰਜ਼ਿਲ, ਇਹ 2, ਇਹ 3 ਅਤੇ 4। ਇਹ ਭੂਲ ਭੁਲੱਈਆ ਹੈਗੀ ਆ, ਇਹਦੇ ਵਿੱਚ ਲੜਾਈ ਦੇ ਦੌਰਾਨ ਜਦੋਂ ਬੰਦੇ ਵੜ ਜਾਂਦੇ ਸੀਗੇ ਤਾਂ ਉਹਨਾਂ ਨੂੰ ਲੱਭਣਾ ਔਖਾ ਹੋ ਜਾਂਦਾ ਸੀਗਾ ਕਿ ਕਿੱਧਰ ਨੂੰ ਬੰਦੇ ਚਲੇ ਗਏ ਆ। ਇਹ ਮਹਿਲ ਦਾ ਉਹ ਹਿੱਸਾ ਹੈਗਾ ਆ ਜਿਹਦੇ ਵਿੱਚ ਇਹ ਦੀਵਾਨੇ ਆਮ ਦੀਵਾਨੇ ਖਾਸ ਦੇ ਕੁਛ ਅਵਿਸ਼ੇਸ਼ ਹੈਗੇ ਆ ਅਤੇ ਇੱਥੇ ਇਹ ਲਾਈਟ ਐਂਡ ਸਾਊਂਡ ਦਾ ਅਰੇਂਜਮੈਂਟ ਲੱਗਾ ਹੋਇਆ। ਸ਼ਾਮ ਨੂੰ 7 ਵਜੇ ਲਾਈਟ ਐਂਡ ਸਾਊਂਡ ਹੁੰਦਾ ਆ ਪ੍ਰੋਗਰਾਮ ਅੱਧੇ ਘੰਟੇ ਦਾ। ਦੇਖਦੇ ਹਾਂ ਜੇ ਅੱਜ ਬਣਿਆ ਪ੍ਰੋਗਰਾਮ ਤਾਂ ਅੱਜ ਦੇਖਾਂਗੇ, ਹੁਣ ਚੱਲ ਕੇ ਦੇਖਦੇ ਹਾਂ ਅੱਗੇ। ਇਹ ਹੈ ਜੀ, ਹੁਣ ਅਸੀਂ ਅੰਦਰ ਚੱਲੇ ਹਾਂ ਦੀਵਾਨੇ ਆਮ ਅਤੇ ਦੀਵਾਨੇ ਖਾਸ। ਇਹ ਸਟੇਜ ਹੈਗੀ ਹੈ ਲਾਈਟ ਐਂਡ ਸਾਊਂਡ ਦੀ। ਤੋ ਬੁਰਹਾਨਪੁਰ ਜਿਹੜਾ ਸ਼ਹਿਰ ਹੈਗਾ ਇਹ 8 ਕਿਲੋਮੀਟਰ ਦੇ ਘੇਰੇ ਵਿੱਚ ਵਰਲਡ ਸਿਟੀ ਹੈ, ਸਾਰੇ ਪਾਸੇ ਦੀਵਾਰ ਕੀਤੀ ਹੋਈ ਹੈ। ਤੋ ਗੇਟ ਰਾਹੀਂ ਹੀ ਐਂਟਰੀ ਹੁੰਦੀ ਸੀ। ਇਹ ਅੱਜ ਵੀ ਤੁਸੀਂ ਦੇਖੋ ਇਹਨਾਂ ਦੇ ਡਿਜ਼ਾਈਨ, ਇਹ ਔਰ ਬੁਰਹਾਨਪੁਰ ਇੱਕ ਇੰਨਾ
ਪਿਵਟਲ ਸਪੇਸ ਸੀਗਾ ਕਿ ਜਿਹਨੇ ਬੁਰਹਾਨਪੁਰ ਜਿੱਤ ਲਿਆ ਉਹਨੇ ਦੱਖਣ ਜਿੱਤ ਲਿਆ। ਦੱਖਣ ਦਾ ਦਰਵਾਜ਼ਾ ਬੋਲਦੇ ਆ ਇਹਨੂੰ। ਵਾਹ ਜੀ ਵਾਹ। ਉਹੀ ਗੱਲ ਆਉਂਦੀ ਹੈ ਜੀ ਦੁਆਰਾ ਦੁਆਰਾ ਕਿ ਖੰਡਰਾ ਬਤਾ ਰਹੇ ਥੇ ਕਿ ਇਮਾਰਤ ਬੁਲੰਦ ਥੀ। 1457 ਦਾ ਬਣਿਆ ਹੋਇਆ ਇਹ ਕਿਲ੍ਹਾ ਤੁਸੀਂ ਦੇਖ ਲਓ ਕਿ ਤਕਰੀਬਨ 600 ਸਾਲ ਹੋ ਗਏ ਆ। 600 ਸਾਲਾਂ ਬਾਅਦ ਵੀ ਉਹਦੇ ਨਿਸ਼ਾਨ ਜਿਹੜੇ ਹੈਗੇ ਆ ਹਾਲੇ ਵੀ ਸਾਫ਼ ਦੇਖੇ ਜਾ ਸਕਦੇ ਆ। ਸਿਰਫ ਉੱਪਰਲਾ ਗੁੰਬਦ ਜਿਹੜਾ ਉਹ ਚਲਾ ਗਿਆ ਪਰ ਇਹਦਾ ਦੀਵਾਰਾਂ ਦੇ ਉੱਤੇ ਡਿਜ਼ਾਈਨ ਜਿਹੜਾ ਹੈਗਾ ਉਹ ਹਾਲੇ ਵੀ ਕਾਇਮ ਹੈਗਾ। ਇਹ ਅੱਜ ਦੀ ਘੁਮੱਕੜੀ ਮੇਰੀ ਸਾਰੀ ਇਹਨਾਂ ਦੇ ਸਹਿਯੋਗ ਕਰਕੇ ਆ, ਇਹ ਮੈਨੂੰ ਲਿਆਏ ਆ। ਹਾਂਜੀ ਸਰ, ਆਪ ਕਹਾਂ ਸੇ? ਬੁਰਹਾਨਪੁਰ ਹੈ ਜੀ, ਨੇਪਾ ਨਗਰ ਸੇ। ਅੱਛਾ ਅੱਛਾ, ਅੱਛਾ ਲਗਾ ਆਪਕਾ ਬੁਰਹਾਨਪੁਰ, ਬਹੁਤ ਅੱਛਾ ਹੈ। ਯੈਸ, ਘੁੰਮਣੇ ਲਾਇਕ ਯਹਾਂ ਬਹੁਤ ਜਗ੍ਹਾ ਹੈ ਘੁੰਮਣੇ ਕੋ। ਤੋ ਸ਼ਾਹੀ ਕਿਲ੍ਹੇ ਤੋਂ ਹੀ ਘੁੰਮਣ ਦਾ ਬਹੁਤ ਸੋਹਣਾ ਨਜ਼ਾਰਾ ਤੁਹਾਨੂੰ ਮਿਲਦਾ ਆ। ਔਰ ਅੱਜ ਮੌਸਮ ਵੀ ਬਹੁਤ ਵਧੀਆ ਹੈਗਾ ਆ। ਇਹ ਅਸੀਂ ਹੁਣ ਇੱਥੋਂ ਬਾਹਰ ਜਾ ਰਹੇ ਸੀਗੇ ਤਾਂ ਆ ਇਹ ਬਾਗ ਜਿਹੜਾ ਹੈਗਾ ਆ, ਇਹ ਚਾਰ ਬਾਗ ਦੀ ਤਰਜ਼ 'ਤੇ ਬਣਿਆ ਹੋਇਆ। ਇਹਦੇ ਚਾਰੇ ਕੋਣਿਆਂ 'ਤੇ ਪਾਰਕ ਹੈਗੇ ਆ ਅਤੇ ਵਿਚਕਾਰ ਇਹ ਫੁਹਾਰੇ ਲੱਗੇ ਹੋਏ ਆ। ਇਸੇ ਦੀ ਤਰਜ਼ ਦੇ ਉੱਤੇ ਹੀ ਤਾਜ ਮਹਿਲ ਦੇ ਸਾਹਮਣੇ ਜਿਹੜੇ ਬਗੀਚੇ ਬਣੇ ਹੋਏ ਆ। ਇਹ ਵਿਚਕਾਰ ਇਹ ਬੈਠਣ ਦਾ ਸਥਾਨ ਸੀ ਅਤੇ ਇੱਧਰ ਇਹ ਪਾਣੀ ਦਾ ਕੁੰਡ।